ਹੈਲੋ ਸਾਡੇ ਚ ਸਰਪੰਚ ਬਿਆਨ ਸਿੰਘ ਜੀ ਚਾਰਜੜ ਤੋਂ ਸ਼ਿਵਦੀਪ ਸਿੰਘ ਜੀ ਪਹੁੰਚੇ ਬਹੁਤ ਬਹੁਤ ਧੰਨਵਾਦ ਲੱਕੜ ਸੇਵਾ ਵਾਸਤੇ ਬੈਰੀਕਡ ਸੇਵਾ ਵਾਸਤੇ ਬਲਕਰਮ ਸਿੰਘ ਸਰਪਾਲ ਗੁਰਪਾਲ ਸਿੰਘ ਕਾਲਾ ਹਰਸਿਮਰਨ ਸਿੰਘ ਸਰਪਾਲ ਸਮਰਾ ਸਿੰਘ ਸਰਪਾਲ ਅਰਜਿੰਦਰ ਸਿੰਘ ਦੇਸ਼ਗੜ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ
ਜਿੰਨੇ ਵੀ ਇਸ ਸਭਾ 'ਚ ਹਾਜ਼ਰ ਹੋ ਮੇਰੇ ਭੈਣ ਭਰਾ ਸਾਰੇ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਇੱਕ ਵਾਰੀ ਮੇਰੇ ਨਾਲ ਗਾ ਦਿਓ ਇੱਕ ਵਾਰੀ ਆਵਾਜ਼ ਇੱਧਰੋਂ ਆਊਗੀ ਅਤੇ ਦੂਸਰੀ ਆਵਾਜ਼ ਫਿਰ ਤੁਹਾਡੀ ਸਭ ਸੱਜਣਾ ਦੀ ਆਉਣੀ ਚਾਹੀਦੀ ਹੈ ਮਾਂ ਮੇਰੀ ਉਹ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਇੱਦਾਂ ਗਾ ਦਿਓ ਨਾਲ ਇੱਕ ਵਾਰੀ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਗਾ ਲੈ ਰਾਮ ਨੂੰ ਗੱਜ ਕੇ ਧਿਆ ਲੈ ਰਾਮ ਨੂੰ ਗਾ ਲੈ ਰਾਮ ਨੂੰ ਗਾ ਲੈ ਰਾਮ ਨੂੰ ਪਾ ਲੈ ਰਾਮ ਨੂੰ ਭਰ ਲੈ ਨਾਮ ਦੀ ਸ਼ੀਸ਼ੀ ਰਾਮ ਤੈਨੂੰ ਤਾਰੂਗਾ ਰਾਮ ਤੈਨੂੰ ਤਾਰੂਗਾ ਨਿੱਜੀ ਨੇ ਦੁਨੀਆ ਪ੍ਰਗਟ ਕੀਤੀ ਉਹ ਰਾਮ ਤੈਨੂੰ ਤਾਰੂਗਾ ਉਹ ਜੀ ਨੇ ਦੁਨੀਆ ਪ੍ਰਗਟ ਕੀਤੀ ਉਹ ਰਾਮ ਤੈਨੂੰ ਤਾਰੂਗਾ ਉਹ ਜੀ ਨੇ ਦੁਨੀਆ ਰਾਮ ਤੈਨੂੰ ਤਾਰੂਗਾ ਉਹ ਜੀ ਨੇ ਦੁਨੀਆ ਪ੍ਰਗਟ ਕੀਤੀ ਉਹ ਰਾਮ ਤੈਨੂੰ ਤਾਰੂਗਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਇਸ਼ਕ ਮੀਰਾ ਨੂੰ ਨਚਾਵੇ ਮਾਈ ਮੀਰਾ ਨੂੰ ਨਚਾਵੇ ਮੇਰੀ ਬੇਬੇ ਨੂੰ ਨਚਾਵੇ ਮੇਰੀ ਬੇਬੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ 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 ਯਾਰ ਤੇ ਨੱਚਣਾ ਸਦਕਾ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਨੱਚਣਾ ਪੈਂਦਾ ਨੱਚਣਾ ਪੈਂਦਾ ਯਾਰ ਦੀ ਖਾਤਰ ਨੱਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਯਾਰ ਦੀ ਖਾਤਰ ਨੱਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਯਾਰ ਦੀ ਖਾਤਰ ਨੱਚਣਾ ਪੈਂਦਾ ਨੱਚਣਾ ਪੈਂਦਾ ਨੱਚਣਾ ਪੈਂਦਾ ਸਭ
यार सामने होवे यार सिर ते खर्जे यार पर जद अंदर ही वरजे अंदर ही वरजे अंदर वरजे यार ते नचना पैंदा ये सामने होवे यार ते नचना पैंदा ये सामने होवे यार ते नचना पैंदा ये हाय सामने होवे यार ते नचना पैंदा ये सामने होवे यार ते नचना हाय सामने होवे यार ते नचना पैंदा ये सामने होवे यार ਬੜ ਮੱਚਿਆ ਨੀ ਇਸ਼ਕ ਬੁੱਲੇ ਦੇ ਵੇੜੇ ਵੜਿਆ ਅੰਦਰ ਭਾਂਬੜ ਮੱਚਿਆ ਇਸ਼ਕ ਤੇ ਘੁੰਗਰੂ ਪਾ ਕੇ ਵੇ ਬੁੱਲਾ ਯਾਰ ਦੇ ਵੇੜੇ ਨੱਚਿਆ ਓ ਇਸ਼ਕ ਤੇ ਘੁੰਗਰੂ ਪਾ ਕੇ ਓਏ ਬੁੱਲਾ ਯਾਰ ਦੇ ਵੇੜੇ ਨੱਚ ਆਇਓ ਯਾਰ ਦੇ ਵੇੜੇ ਨੱਚਿਆ ਬੁੱਲਾ ਯਾਰ ਦੇ ਵੇੜੇ ਨੱਚਿਆ ਬੁੱਲਾ ਯਾਰ ਦੇ ਵੇੜੇ ਨੱਚਿਆ ਬੁੱਲਾ ਯਾਰ ਦੇ ਵੇੜੇ ਨੱਚਿਆ ਗੱਲ ਹੋ ਜੇ ਵਸੋਂ ਬਾਹਰ ਗੱਲ ਹੋ ਜੇ ਵਸੋਂ ਬਾਹਰ ਤੇ ਨੱਚਣਾ ਪੈਂਦਾ ਏ ਹੋ ਜੇ ਵਸੋਂ ਬਾਹਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਆ ਜਾ ਬਾਬਾ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਵਾਹ ਵਾਹ ਮੌਜ ਫਕੀਰਾਂ ਦੀ 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 ਕਦੇ ਤਾਂ ਪਹਿਨਣ ਮਖਮਲ ਜ਼ਰੀਆਂ ਕਦੇ ਤਾਂ ਪਹਿਨਣ ਮਖਮਲ ਜ਼ਰੀਆਂ ਕਦੇ ਗੋਦੜੀ ਲੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਉਹ ਵਾਹ ਵਾਹ ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਤਾਲੀ ਰੱਖੋ ਨਾ ਤਾਲੀ ਵਾਹ ਵਾਹ ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਵਾਹ ਵਾਹ ਮੌਜ ਫਕੀਰਾਂ ਦੀ ਕਦੇ ਤਾਂ ਸਾਧੂ ਭੁੱਖੇ ਸੌਂਦੇ ਕਦੇ ਤਾਂ ਸਾਧੂ ਭੁੱਖੇ ਸੌਂਦੇ ਕਦੇ ਤਾਂ ਸਾਧੂ ਭੁੱਖੇ ਸੌਂਦੇ ਕਦੇ ਖੁਸ਼ਬੂ ਲੈਂਦੇ ਖੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਓਏ ਵਾਹ ਵਾਹ ਮੌਜ ਫਕੀਰਾਂ ਦੀ ਓਏ ਵਾਹ ਵਾਹ ਮੌਜ ਫਕੀਰਾਂ ਦੀ ਵਾਹ ਵਾਹ ਮੌਜ ਫਕੀਰਾਂ ਦੀ ਵਾਹਵਾ 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 ਮੌਜ ਫਕੀਰਾਂ ਦੀ ਅੱਖੀਆਂ ਹੋ ਜਾਣ ਚਾਰ ਅੱਖੀਆਂ ਹੋ ਜਾਣ ਚਾਰ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ
واي غورو واي غورو واي غورو بول لا بولوں گے سارے آواز ادھر ہوندی ہے پھر تہاڈی آوے واي غورو واي غورو واي غورو بول واي غورو واي غورو واي غورو بول جاؤں دے رہو वाहेगुरु 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 बोल वाहेगुरु 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 बोल वाहेगुरु बोल वाहेगुरु 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 नारायण ओम नारायण नारायण सत नारायण ओम नारायण नारायण सत नारायण हां नारायण ओम नारायण नारायण ओम नारायण गज के गंगा नगर वाले ओ बोल फकीरा अल्लाह अल्लाह बोल फकीरा अल्लाह 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 बोल फकीरा बोल फकीरा वो बोल फकीरा अल्लाह अल्लाह बोल फकीरा अल्लाह 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 बोल फकीरा हिंदू भी तू سکھ بھی تو مسلم بھی تو عیسائی بھی تو میں بھی تو تے تو بھی تو اے مووی والا بھی تو اے لائٹ والا بھی تو اے ساز والا بھی تو اے واج والا بھی تو اے گاؤن والا بھی تو گواؤن والا بھی تو سن والا بھی تو سناؤن والا بھی تو کھان والا بھی تو کھواؤن والا بھی تو نچن والا بھی تو نچاؤن والا بھی تو ساؤن والا بھی تو جگاؤن والا بھی تو لاؤن والا بھی تو تے بھاؤن والا بھی تو تو ہی تو تو جے تو ہی تو ہے آپاں وچ کیوں مامے بنے ہیں ਆਪਾਂ ਕਿਹੜੀ ਗੱਲ ਦਾ ਰੌਲਾ ਪਾ ਰਹੇ ਆ ਫਿਰ ਕਾਹਦੀਆਂ ਦਾਵੇਦਾਰੀਆਂ ਜੇ ਸਾਰਾ ਕੁਝ ਉਹ ਕਰਨ ਵਾਲਾ ਆਪ ਕਰ ਰਿਹਾ ਸਾਡੀ ਮਿਹਨਤ ਆ ਬਾਬਾ ਅੱਜ ਇਸ ਗਵਈਏ ਦੀ ਇੱਥੇ ਆਪਣੀ ਕਲਾ ਪ੍ਰਤੀ ਇਮਾਨਦਾਰੀ ਤੇ ਮਿਹਨਤ ਹੈ ਉਹ ਵੀ ਉਹ ਕਰਵਾ ਰਿਹਾ ਬਾਕੀ ਇਹ ਆਵਾਜ਼ ਹੁਣ ਮਨਜ਼ੂਰ ਹੋਵੇ ਤਾਂ ਨਿਕਲੇ ਨਹੀਂ ਤਾਂ ਇਹ ਨਾ ਨਿਕਲੇ ਇਹ ਸ਼ਬਦ ਆ ਮੂੰਹ ਚੋਂ ਆਉਂਦਾ ਹੈ ਤਾਂ ਗੁਰੂ ਕਢਾਵੇ ਤਾਂ ਨਿਕਲੇ ਨਹੀਂ ਤਾਂ ਭੈਣ ਮੇਰੀ ਹੈ ਨਾ ਨਿਕਲੇ ਤੁਹਾਡੇ ਕੰਨਾਂ 'ਚ ਕੋਈ ਸੁਰ ਕੋਈ ਸ਼ਬਦ ਪਾਵੇ ਚਾਹਵੇ ਤਾਂ ਪਾਵੇ ਜੇ ਨਾ ਚਾਹਵੇ ਤਾਂ ਬਾਬਾ ਭਵੇਂ ਅੱਖਾਂ ਬੰਦ ਕਰਕੇ ਬਹਿ ਜਾ ਉਹਨੇ ਸੁਣ ਹੀ ਨਹੀਂ ਦੇਣਾ ਸੋ ਇਹ ਸਾਰੀ ਖੇਡ ਹੀ ਉਸ ਮਹਾਰਾਜ ਦੀ ਹੈ ਉਹਨੂੰ ਭਵੇਂ ਵਾਹਿਗੁਰੂ ਕਹਿ ਲੈ ਭਵੇਂ ਉਹਨੂੰ ਰਾਮ ਕਹਿ ਲੈ ਭਾਵੇਂ ਉਹਨੂੰ ਅੱਲਾਹ ਕਹਿ ਲੈ ਗੋਡ ਕਹਿ ਲੈ ਜੋ ਮਰਜ਼ੀ ਕਹਿ ਲੈ ਇੱਥੋਂ ਚਾਰ ਪੰਜ ਪਾਈਪਾਂ ਥਰੂ ਜਾ ਰਹੀ ਹੈ ਉੱਪਰ ਜਾ ਕੇ ਇੱਕੋ ਹੀ ਹੈ ਉੱਪਰ ਜਾ ਕੇ ਇੱਕੋ ਸੋ ਇਸ ਕਰਕੇ ਸ਼੍ਰੀ ਗੰਗਾ ਨਗਰ ਦੇ ਮੇਰੇ ਸਤਿਕਾਰਯੋਗ ਸਰੋਤਿਓ ਇਸ ਗੱਲ ਦਾ ਮਾਣ ਕਰੀਏ ਇਸ ਗੱਲ ਦਾ ਮਾਣ ਕਰੀਏ ਔਰ ਪ੍ਰਸ਼ੰਸਾ ਕਰੀਏ ਕਿ ਆਪਾਂ ਸਭ ਧਰਮਾਂ ਦੇ ਲੋਕ ਸਭ ਜਾਤਾਂ ਦੇ ਲੋਕ ਮੁਹੱਬਤ ਤੋਂ ਸਿਵਾਏ ਸਾਡੀ ਕੋਈ ਸਕੀਰੀ ਨਹੀਂ ਹੈ ਔਰ ਸਿਰਫ ਪ੍ਰੇਮ ਹੈ ਇੱਕ ਸਿੱਖ ਦਾ ਇੱਕ ਹਿੰਦੂ ਲਈ ਇੱਕ ਹਿੰਦੂ ਦਾ ਇੱਕ ਮੁਸਲਮਾਨ ਲਈ ਔਰ ਸਭ ਭਰਾਵਾਂ ਦਾ ਇਕੱਠਿਆਂ ਦਾ ਸ਼ਾਲਾ ਇਹ ਜਿਉਂਦੇ ਰਹਿਣ ਸਾਡੇ ਭਾਈਚਾਰੇ ਜਿਉਂਦੇ ਰਹਿਣ ਸਾਡੇ ਗੁਰਦੁਆਰੇ ਮੰਦਰ ਮਸੀਤਾਂ ਜਿੱਥੋਂ ਅਸੀਂ ਆਪਦੀ ਪੜ੍ਹਾਈ ਪੜ੍ਹ ਕੇ ਤੇ ਮੁਹੱਬਤ ਦਾ ਪੈਗਾਮ ਦਿੰਦੇ ਮਰਜ਼ੀ ਹੈ ਤੂੰ ਹੀ ਤੂੰ 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 ਹੱਥ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਬਾਬਾ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਹੈ ਤੂੰ ਹੀ ਤੂੰ 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 ਹੱਥ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ
بوليا او بلے بوليا یار او اج دے اس بہت سونے سماگم دے وچ جڑا خاص طور تے ساڈیاں پیاریاں ساڈیاں ستکاریاں ساڈیاں عزت دار اس ملک دا مان ساڈیاں تیاں ساڈیاں بیٹیاں انہاں دی لوڑی نوں مد نظر رکھدیاں اے کہہ لو کہ عورت دے ستکار وجوہ سماگم رکھے سب تو پہلا تا سمچیاں ساڈیاں تیاں پہنا ماما او عورت جڑی وق وق ٹائم تے رشتے نباؤندی ہے اپنا کردار نباؤندی ہے پتہ نہیں کدے تھی بندی ہے کدے پتیجی بندی ہے کدے پانجی بندی ہے کدے پتنی بندی ہے پہن بندی ہے ماں بندی ہے دادی بندی ہے نانی بندی ہے بہت سارے رشتے ہیں چاچیاں تائیاں سو اس عورت دا ستکار ہے تمام میری ماوا میری بہن ساڈے بہت مان چڑھدی کلا چ رہن والے ساڈے باپو شری ساڈے بزرگ صاحبان میرے دوست متر سارے اور شری گنگا نگر دا اتھوں دا سمچا پرشاسن انہوں دے آفیسر صاحبان پولیٹیشن پینڈ پرا اتھوں دے سو تہاڈا ساریاں دا میں آدر ستکار کردا ہاں اتھوں دی پولیس ڈپارٹمنٹ ساڈا اتھوں دا انہاں سارے بھراواں دا میڈیا والے سجنا دا یہ مووی بناؤن والے بھراواں دا یہ سب یہ ڈیزائن کرن والے مینیج کرن والے وہ سارے ٹرسٹ دا میں شکر گزار ہاں جی آیا نو کہنا تہانوں ساریاں نو بہت بہت آدر ستکار تے آ جاؤ جنہ سماں باہر آج بخش دے ہے وہ نام دیا وڈیائیاں تے نال کوئی لوہڑی دا گیت گاواں گے کرما والے ونڈ دے نے بابا تیاں دی لوہڑی جس گھر وچ تھی آ جاوے برکت آ جاندی ہے ایک کسے کولوں کچھ نہیں منگدی او بھائی پاگاں دا کھاندی ہے پھر ویر دے ویاہ تے نچدی تے گاؤندی شگناں دی گھوڑی کرما والے بابا ونڈ دے نے تیاں دی لوہڑی کرما والے ونڈ دے نے تیاں دی لوہڑی سو اس فیسٹیول دیاں تہانوں ساریاں نوں مبارکاں تے مینوں ایک دس دو وی ان سپیکر تھرو تہانوں آواز آ رہی ہے سارے سجنوں نوں مینوں ایک تاڑی مار کے دس دیو ادھر وہ پچھے سجن کہہ رہے ہیں کہ تھوڑا یہاں لائنر دا تھرو اور دے دے بابا آؤندی ہے مکھے آؤندی ہے جی آیا مسجد گرو دوارے پنڈ والے گل سنو سب دھرم والے گل سنو مندر مسجد گرو دوارے اکو جے تکی سارے مندر مسجد گرو دوارے اکو جے تکی سارے پچھی نہ دھرم بارے پچھی نہ دھرم بارے سب نال ہسدا کھلدا رہ میری ذات گوت نہ پچھی بندہ بن کے ملدا رہ میری ذات گوت نہ پچھی بندہ بن کے ملدا رہ
ਹੱਸਦਾ ਖਿਲਦਾ ਰਹਿ ਮੇਰੀ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਹੀ ਮਿਲਦਾ ਰਹਿ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ ਜ਼ਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ ਮੇਰੀ ਜ਼ਾਤ ਗੋਤ ਨਾ ਪੁੱਛੀ ਬੰਦਾ ਮੋੜ ਕੇ ਮੋੜ ਕੇ ਮਖ ਮੋੜ ਕੇ ਮੋੜ ਕੇ ਮਖ ਮੋੜ ਕੇ ਮੋੜ ਕੇ ਜਾਹੇ ਜਾਹੇ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਜ਼ਿੰਦਗੀ ਦੀ ਸੱਚਾਈ ਹੈ ਬਾਬਾ ਏ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਇਹ ਜ਼ਿੰਦਗੀ ਮੌਤ ਨਾਲ ਪਈ ਖੈਂਦੀ ਰਿਸ਼ਤੇਦਾਰੀ ਨਾ ਯਾਰੀ ਰਹਿੰਦੀ ਆਖਰ ਦੁਨੀਆਂ ਛੱਡਣੀ ਪੈਂਦੀ ਇਹ ਦੁਨੀਆਂ ਛੱਡਣੀ ਪੈਂਦੀ ਤੈਨੂੰ ਅੱਖੀਆਂ ਰੋਣਗੀਆਂ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ ਅਗਲੀ ਬਾਤ ਸੁਣਿਓ ਕਿੰਨਿਆਂ ਨੇ ਰੋਗ ਲਵਾ ਲਏ ਛੜਿਓ ਵੇ ਛੜਿਓ ਮੈਂ ਤੁਹਾਡੇ ਵਾਲੇ ਰੋਗ ਦੀ ਗੱਲ ਨਹੀਂ ਕਰਦਾ ਮੈਂ ਤਾਂ ਮਾਨਸਿਕ ਰੋਗ ਦੀ ਗੱਲ ਕਰਦਾ ਹਾਂ ਤੁਹਾਡੇ ਵਾਲੇ ਰੋਗ ਦਾ ਤਾਂ ਇਲਾਜ ਹੈਗਾ ਹੈ ਆ ਮੈਂਟਲੀ ਮਾਰਦਾ ਬੰਦੇ ਨੂੰ ਕੀ ਕਹਿੰਦਾ ਉਹ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਪਖੰਡਾਂ ਨੇ ਲੋਕੀ ਖਾ ਲੇ ਤੇ ਪੁੱਠੇ ਕੰਮਾਂ ਨੇ ਲੋਕੀ ਖਾ ਲੇ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਤਰਦੇ ਲਾਲ ਲੀੜਿਆਂ ਵਾਲੇ ਇਹ ਲਾਲ ਲੀੜਿਆਂ ਵਾਲੇ ਖੋਪੇ ਵੇਖੋ ਨਹਿਰਾਂ ਤੇ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਨਹਿਰਾਂ ਕੱਸੀਆਂ 'ਚ ਕਈ ਵਾਰੀ ਇੱਕ ਲਾਲ ਰੰਗ ਦੇ ਕੱਪੜੇ 'ਚ ਖੋਪਾ ਪਾ ਕੇ ਇੱਦਾਂ ਤੈਰਦਾ ਜਾਂਦਾ ਹੁੰਦਾ ਹੈ ਸਾਡੀ ਕੰਟਰੀ ਦੀਆਂ 100 ਚੋਂ 40 ਬੀਬੀਆਂ ਉਹ ਕੱਪੜਾ ਵੇਖਣ ਸਾਰ ਐਂ ਹੋ ਜਾਂਦੀਆਂ ਕਿਤੇ ਬੁੱਝਣ ਦੀ ਕੋਸ਼ਿਸ਼ ਕਰਿਓ ਉਸ ਕੱਪੜੇ 'ਚ ਕੀ ਹੈ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ ਦਰਦ ਲਾਲ ਲੀੜਿਆਂ ਵਾਲੇ ਓਏ ਲਾਲ ਲੀੜਿਆਂ ਵਾਲੇ ਖੋਪੇ ਵੇਖੋ ਨਹਿਰਾਂ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ ਇੱਥੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਰਸਤਾ ਕੱਟ ਗਈ ਜੁੱਤੀਆਂ ਮਾਰਨ ਪੈਰਾਂ ਤੇ ਦਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਪੈਰਾਂ ਤੇ ਦਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਪੈਰਾਂ ਤੇ ਕਿੰਨਿਆਂ ਨੇ ਰੋਗ ਲਵਾ ਲੇ ਵਹਿਮਾਂ ਭਰਮਾਂ ਲੋਕੀ ਖਾ ਲੇ
ਨਿਆਣੇ ਰੋਗ ਲਵਾ ਲੈ ਮੈਂ ਬਰਬਾ ਲੋਕੀ ਖਾ ਲੈ ਤਰਦੇ ਲਾਲ ਲੀੜਿਆਂ ਵਾਲੇ ਲਾਲ ਲੀੜਿਆਂ ਵਾਲੇ ਖੋਪੇ ਵੇਖੋ ਨਹਿਰਾਂ ਤੇ ਇੱਥੇ ਬਿੱਲੀ ਇੱਥੇ ਬਿੱਲੀ ਇੱਥੇ ਬਿੱਲੀ ਬੇਟਾ ਜੀ ਇੱਥੇ ਬਿੱਲੀ ਮਿਆਓ ਬਿੱਲੀ ਮਿਆਓ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਪੈਰਾਂ ਤੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਪੈਰਾਂ ਤੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਪੈਰਾਂ ਤੇ ਬਿੱਲੀ ਰਸਤਾ ਕੱਟ ਗਈ ਆਖਰੀ ਬਾਤ ਪਹਿਲਾਂ ਖੇਤ ਖੋਣ ਸੀ ਆ ਗਏ ਪਹਿਲਾਂ ਖੇਤ ਖੋਣ ਸੀ ਆ ਗਏ ਇਹ ਜ਼ੁਰਤਾਂ ਵਾਲੇ ਮੱਥਾ ਲਾ ਗਏ ਇਹ ਜ਼ੁਰਤਾਂ ਵਾਲੇ ਮੱਥਾ ਲਾ ਗਏ ਜਿਨ੍ਹਾਂ ਦਿਨਾਂ 'ਚ ਕਿਸਾਨੀ ਅੰਦੋਲਨ ਸੀ ਉਹਨਾਂ ਦਿਨਾਂ 'ਚ ਵੀ ਸਾਡੇ ਭਰਾ ਗੁਰਲਾਲ ਹੋਣੀ ਖੜ੍ਹੇ ਹੈ ਇੱਥੇ ਸ਼੍ਰੀ ਗੰਗਾਨਗਰ ਦੇ ਵਿੱਚ ਤੁਸੀਂ ਇੱਕ ਬੜਾ ਵੱਡਾ ਇਕੱਠ ਕੀਤਾ ਸੀ ਉਹ ਗਵਾਹੀ ਸੀ ਤੁਹਾਡੀਆਂ ਜਾਗਦੀਆਂ ਜ਼ਮੀਰਾਂ ਦੀ ਔਰ ਉਸ ਮੋਰਚੇ ਦੀ ਜਿੱਤ ਲਈ ਤੁਹਾਨੂੰ ਵਧਾਈ ਹੈ ਸਾਰਿਆਂ ਨੂੰ ਇੱਕ ਤਾੜੀ ਜ਼ਰੂਰ ਮਾਰ ਲਓ ਔਰ ਸੱਜਣੋ ਪਿਆਰਿਓ ਇੱਕ ਫੈਸਲਾ ਸੀ ਜਿਹੜਾ ਸਾਨੂੰ ਨਹੀਂ ਮਨਜ਼ੂਰ ਸੀ ਪਰ ਉਹਦੇ ਪਿੱਛੇ ਜਿੱਦਾਂ ਤੁਸੀਂ ਰਿਐਕਟ ਕੀਤਾ ਹੈ ਜਦੋਂ ਕਹਿੰਦੇ ਸੀ ਨਾ ਵੀ ਪੀਸਫੁਲ ਪ੍ਰੋਟੈਸਟ ਹੈ ਟੇਬਲ ਟਾਕ ਹੈ ਇਹ ਲੜਾਈ ਹੈ ਗੁਰੂ ਨਾਨਕ ਦੇ ਪੁੱਤਾਂ ਦੀ ਕਮੈਂਟਾਂ ਥੱਲੇ ਗਾਲਾਂ ਕੱਢਣ ਵਾਲਾ ਗੁਰੂ ਨਾਨਕ ਦਾ ਪੁੱਤ ਨਹੀਂ ਹੋ ਸਕਦਾ ਕਿਸੇ ਦੇ ਗਲਤ ਛਿੱਤਰਾਂ ਦਾ ਹਾਰ ਪਾਉਣ ਵਾਲਾ ਗੁਰੂ ਗੋਬਿੰਦ ਸਿੰਘ ਦਾ ਧੀ ਪੁੱਤ ਨਹੀਂ ਹੋ ਸਕਦਾ ਇਹ ਤਾਂ ਸਤਿਕਾਰ ਵਾਲੇ ਬੈਠੇ ਹਾਂ ਆਪਾਂ ਇਹ ਤਾਂ ਡਿਸਕਸ਼ਨਾਂ ਕਰਨ ਵਾਲੇ ਬੈਠੇ ਹਾਂ ਆਪਾਂ ਵਿਚਾਰ ਕਰਨ ਵਾਲੇ ਗੋਸ਼ਟੀਆਂ ਕਰਨ ਵਾਲੇ ਬੈਠੇ ਹਾਂ ਇਸ ਕਰਕੇ ਉੱਥੇ ਜਿੱਤ ਤੁਹਾਡੀ ਤਾਂ ਹੀ ਹੋ ਸੀ ਜਿਵੇਂ ਗੁਰੂ ਨੇ ਲੜਨਾ ਸਿਖਾਇਆ ਤੁਸੀਂ ਉਵੇਂ ਲੜਿਓ ਔਰ ਇਕੱਠੇ ਹੋ ਕੇ ਲੜਿਓ ਉੱਥੇ ਦਿੱਲੀ ਨਹੀਂ ਪਤਾ ਲੱਗਦਾ ਸੀ ਕੌਣ ਕੌਣ ਹੈ ਇੰਨਾ ਹੀ ਪਤਾ ਸੀ ਕਿਸਾਨ ਹੈ ਹਾਂਜੀ ਮਜ਼ਦੂਰ ਹੈ ਹਾਂਜੀ ਦੈਟਸ ਇਟ ਇੰਨੀ ਗੇਮ ਸੀ ਜੇ ਕਿਤੇ ਇੱਦਾਂ ਹੀ ਆਪਾਂ ਸਾਰੇ ਰਲ ਮਿਲ ਕੇ ਇੱਕ ਪਿਓ ਦੇ ਪੁੱਤ ਬਣ ਕੇ ਰਹਿ ਲਈਏ ਤਾਂ ਬਾਬਾ ਫਿਰ ਸਾਰਾ ਕੁਛ ਭਲਾ ਹੀ ਭਲਾ ਹੈ ਕੀ ਲਿਖਿਆ ਸ਼ਾਇਰ ਨੇ ਪਹਿਲਾਂ ਖੇਤ ਖੋਣ ਸੀ ਆ ਗਏ ਇਹ ਜ਼ੁਰਤਾਂ ਵਾਲੇ ਮੱਥਾ ਲਾ ਗਏ ਸਾਡੇ ਕਿੰਨੇ ਪੁੱਤ ਮਰਾ ਗਏ ਕਿੰਨੇ ਹੀ ਪੁੱਤ ਮਰਾ ਗਏ ਤੇ ਹਾਕਮ ਲਾਸ਼ਾਂ ਸੇਕ ਰਹੇ ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ ਦਿੱਲੀ ਵਾਲੇ ਅੱਜ ਕੱਲ ਚੰਡੀ ਬਚ ਕੇ ਬਚ ਕੇ ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ ਮੇਰੀ ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਇੱਥੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਉਹ ਜੁੱਤੀਆਂ ਮਾਰਨ ਉਹ ਜੁੱਤੀਆਂ ਮਾਰਨ ਉਹ ਜੁੱਤੀਆਂ ਮਾਰਨ ਟਹਿਰਾਂ ਤੇ ਓ ਹੋਰ ਬਾਬਾ ਇੱਥੋਂ ਬੜੀ ਮਿਹਰਬਾਨੀ ਜੀ ਆ ਜਾਓ ਸੱਜਣਾ ਪਿਆਰਿਆਂ ਦਾ ਗੀਤ ਹੈ ਮੁੜ ਨਹੀਂ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵਿਹੜੇ ਨਹੀਂ ਮਸਤ ਬਣਾ ਦੇਣਗੇ ਬੀਬਾ ਆ ਜਾਓ ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ
ਉਦਰ ਨੋਰੇ ਨਾ ਰਾ روم 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 میرے روم روم وچ واس سجن دا نی ڈاڈا اے ترواس سجن دا تر پیاں ਨੀ ਹੁਣ ਯਾਰ ਦੇ ਘਰ ਨੂੰ ਹਾਂ ਨੀ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਪਿੰਡ ਵਾਲਿਓ ਕਹਾਣੀ ਤਾਂ ਤੁਹਾਨੂੰ ਪਤਾ ਨਾ ਇਹ ਮੀਰਾ ਮਾਈ ਦੀ ਮਾਂ ਕਹਿ ਰਹੀ ਹੈ ਮਾਈ ਮੀਰਾ ਨੂੰ ਨੀ ਧੀਏ ਨਾ ਜਾਈ ਨੀ ਉਹਨਾਂ ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਹੁਣ ਮਾਂ ਕਹਿੰਦੀ ਆ ਵੀ ਨਾ ਜਾਈ ਪਰ ਅੱਗੋਂ ਇੱਕ ਫਕੀਰ ਦੀ ਸਟੇਟਮੈਂਟ ਉਸ ਮਾਈ ਮੀਰਾ ਦੀ ਉਸ ਦੀਵਾਨੀ ਦੀ ਜਿਹੜੀ ਸਟੇਟਮੈਂਟ ਹੈ ਉਹ ਸ਼ੇਅਰ ਬੋਲ ਰਿਹਾ ਮੀਰਾ ਕਹਿ ਰਹੀ ਆ ਨੀ ਮਾਂ ਰੋਮ ਰੋਮ ਵਿੱਚ ਵਾਸ ਸਜਣ ਦਾ ਡਾਡਾ ਏ ਤਰਵਾਸ ਸਜਣ ਦਾ ਤੁਰ ਪਈਆਂ ਨੀ ਹੁਣ ਯਾਰ ਦੇ ਘਰ ਨੂੰ ਨੀ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਰੂਹ ਅੱਲਾ ਅੱਲਾ ਗਾਵੇ ਅੱਲਾ ਅੱਲਾ ਗਾਵੇ ਤੇ ਮਸਤੀ ਉਹ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ ਤੇ ਮਸਤੀ ਮੈਂ ਫਿਰਦੀ ਸਹੁ ਰੱਬ ਦੀ ਰਿਹਾ ਨਾ ਜਾਵੇ ਤੇ ਮਸਤੀ ਮੈਂ ਫਿਰਦੀ ਤੇ ਕਹਿੰਦੀ ਆ ਜਾਓ ਬਾਬੇ ਮਸਤ ਬਣਾ ਦੇਣਗੇ ਲਾ ਦੇਣਗੇ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਨਾ ਜਾਈ ਮਸਤਾ ਦੇ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਬੀਬਾ ਬੀਬਾ ਨੱਚਣ ਲਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਨਾ ਜਾਈ ਮਸਤਾ ਦੇ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ
ਤੇਰੀ ਯਾਰੀ ਭੁੱਲ ਜਾਏਗੀ ਦੁਨੀਆ ਦਾਰੀ ਨੀ ਐਸੀ ਮਸਤਾਂ ਦੀ ਯਾਰੀ ਭੁੱਲ ਜਾਏਗੀ ਦੁਨੀਆ ਦਾਰੀ ਨੀ ਜਦੋਂ ਚੜ ਗਈ ਮਸਤੀ ਭਾਰੀ ਤੇਰੀ ਹਸਤੀ ਮਿਟ ਜਾਉ ਸਾਰੀ ਨੀ ਇਹਨਾਂ ਇੱਕੋ ਹੀ ਘੁੱਟ ਪਿਆਉਣੀ ਇੱਕੋ ਹੀ ਘੁੱਟ ਪਿਆਉਣੀ ਇੱਕੋ ਹੀ ਘੁੱਟ ਪਿਆਉਣੀ ਉਹ ਛੁੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਨਾ ਜਾਈ ਮਸਤਾਂ ਦੇ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਉਹ ਨਾ ਜਾਈ ਮਸਤਾਂ ਦੇ ਵੇੜੇ ਉਹ ਨਾ ਜਾਈ ਮਸਤਾਂ ਦੇ ਵੇੜੇ ਉਹ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਬਦਲ ਦੇਣਗੇ ਬਾਣੇ ਨੀ ਪੱਕੇ ਮਸਤਾਂ ਦੇ ਬਾਣੇ ਤੇਰੇ ਬਦਲ ਦੇਣਗੇ ਬਾਣੇ ਨੀ ਬਾਣੇ ਨੀ ਇਹਨਾਂ ਸੁਰ ਤੂੰ ਬੇਤੇ ਲਾਉਣੇ 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 ਸੁਰ ਤੂੰ ਬੇਤੇ ਇਹ ਤੂੰਬਾ ਮੇਰੀ ਜਾਨ ਕੁੜੇ ਸਾਡੇ ਆਫਿਸਰ ਬੈਠੇ ਆ ਇਹ ਤਾਂ ਸਾਰੇ ਸੀਨੀਅਰ ਸਿਟੀਜ਼ਨ ਨੇ ਆ ਜਿਹੜੇ ਛੜੇ ਬੈਠੇ ਹੁਣ ਛੜੇ ਲਫ਼ਜ਼ 'ਚ ਕੋਈ ਕਾਮੇਡੀ ਨਹੀਂ ਆ ਜਿਹੜਾ ਆਪਾਂ ਹੱਸਦੇ ਹਾਂ ਛੜਾ ਯਾਰ ਛੜਾ ਇੱਕ ਆਉਂਦਾ ਹੈ ਵੀ ਛੜਾ ਹੈ ਇਹ ਤੁਹਾਡੇ ਤੁਹਾਡੇ ਵਿਆਹਾਂ 'ਚ ਬੋਲੀ ਪੈਣੀ ਹੈ ਇਹ ਤੂੰਬਾ ਮੇਰੀ ਜਾਨ ਕੁੜੇ ਹਾਏ ਤੂੰਬਾ ਇਹ ਤੂੰਬਾ ਬੜਾ ਸ਼ੈਤਾਨ ਕੁੜੇ ਹਾਏ ਤੂੰਬਾ ਇਹ ਬੋਲੀ ਪੈਣੀ ਪਤਾ ਕਿੱਦਾਂ ਮੈਂ ਤੁਹਾਨੂੰ ਟ੍ਰੇਲਰ ਦਿਖਾਉਣਾ ਇੱਕ ਮਿੰਟ ਇਹ ਬੋਲੀ ਸਾਡੀਆਂ ਮਾਵਾਂ ਪਾਉਂਦੀਆਂ ਪਹਿਲਾਂ ਇੱਦਾਂ ਕਰਦੀਆਂ ਸਰਦਾਰ ਸਾਹਿਬ ਇੱਦਾਂ ਪਹਿਲਾਂ ਸਾਡੀ ਮਾਂ ਜਾਂ ਸਾਡੀ ਭੈਣ ਚੁੰਨੀ ਦੇ ਪੱਲੇ ਨਾਲ ਮੂੰਹ ਢੱਕਦੀ ਹੈ ਤੇ ਤੂੰਬਾ ਮੇਰੀ ਜਾਨ ਕੁੜੇ ਬੋਲੀ ਸ਼ੁਰੂ ਕਰਦੀ ਹੈ ਕਿੱਦਾਂ ਔਰ ਇੱਕ ਗੱਲ ਹੋਰ ਜਿੰਨੇ ਵੀ ਛੜੇ ਇਸ ਬੋਲੀ ਨੂੰ ਧਿਆਨ ਨਾਲ ਸੁਣਨਗੇ ਉਹਨਾਂ ਦੀ ਸ਼ਾਦੀ ਇਸੇ ਮਹੀਨੇ ਹੋਊਗੀ ਇਸ ਕਰਕੇ ਕੰਸੈਂਟਰੇਟ ਪਲੀਜ਼ ਯਹਾਂ ਸੇ ਸ਼ੁਰੂ ਹੋ ਰਹੀ ਹੈ ਬੋਲੀ ਤੂੰਬਾ ਮੇਰੀ ਜਾਨ ਕੁੜੇ ਤੂੰਬਾ ਮੇਰੀ ਜਾਨ ਕੁੜੇ ਤੂੰਬਾ ਬੜਾ ਸ਼ੈਤਾਨ ਕੁੜੇ ਇਹ ਤੂੰਬਾ ਬੜਾ ਸ਼ੈਤਾਨ ਕੁੜੇ ਇਹ ਤੂੰਬਾ ਤੂੰ ਤੂੰ ਕਰਦਾ ਨੀ
ਮੇਰੀ ਬੇਬੇ ਦਾ ਸਾਜ ਸਮਾਨ ਕੁੜੇ ਏ ਤੂਬਾ ਏ ਤੂਬਾ ਮੇਰੀ ਜਾਨ ਕੁੜੇ ਓਏ ਤੂਬਾ ਏ ਤੂਬਾ ਬੜਾ ਸ਼ੈਤਾਨ ਕੁੜੇ ਓਏ ਤੂਬਾ ਏ ਤੂਬਾ ਮੇਰੀ ਜਾਨ ਕੁੜੇ ਓਏ ਤੂਬਾ ਪੱਕੇ ਮਸਤਾਂ ਦੇ ਭਾਣੇ ਨਹੀਂ ਤੇਰੇ ਬਦਲ ਦੇਣਗੇ ਭਾਣੇ ਨਹੀਂ ਚੜਾ ਦੇਣਗੇ ਬੀਬਾ ਮੁੜਨਾ ਲੱਥਣੇ ਕਿਆ ਬਾਤ ਹੈ ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਲਾਈਨੇ ਆ ਕੇ ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਕਿਸੇ ਮਸਤ ਦੀ ਗੱਲ ਹੋ ਰਹੀ ਹੈ ਕਿ ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਉਹ ਮਸਤ ਕੌਣ ਨੇ ਉਹਨਾਂ ਦੀ ਇਹ ਨਹੀਂ ਮਾਇਨੇ ਰੱਖਦਾ ਵੀ ਉਹ ਕਿਸੇ ਗੁਰਦੁਆਰੇ ਮੰਦਿਰ ਮਸੀਤ ਕੁਟੀਆ ਡੇਰੇ ਆਸ਼ਰਮ ਕਿੱਥੇ ਬੈਠੇ ਹੈ ਮਾਇਨੇ ਰੱਖਦਾ ਐਜੂਕੇਸ਼ਨ ਕੀ ਹੈ ਉਹਨਾਂ ਦੀ ਮੁੜਨਾ ਲੱਥਣੇ ਮੈਂ ਕਿਸੇ ਐਸੇ ਮਸਤ ਫਕੀਰ ਕੋਲ ਗਿਆ ਜਿਹਦੇ ਰੰਗ ਚੜਾਏ ਵੇ ਫਿਰ ਉਤਰਦੇ ਨਹੀਂ ਉਹਦੀ ਐਜੂਕੇਸ਼ਨ ਕੀ ਹੈ ਉਹ ਕੀ ਕਹਿੰਦਾ ਹੈ ਔਰ ਇਹ ਗੱਲ ਪੱਕੀ ਹੈ ਜਿੱਥੇ ਵੀ ਕੋਈ ਖਰਾ ਬੈਠਾ ਹੈ ਜਿੱਥੇ ਕੋਈ ਬੰਦਗੀ ਵਾਲਾ ਬੈਠਾ ਹੈ ਕਿਤੇ ਵੀ ਬੈਠਾ ਹੈ ਉਹ ਇੱਕੋ ਹੀ ਗੱਲ ਕਹੂਗਾ ਉਹਦੇ ਕੋਲ ਦੂਜੀ ਗੱਲ ਨਹੀਂ ਹੈ ਉਹ ਮਸਤ ਫਕੀਰ ਨਾ ਤਾਂ ਕਿਸੇ ਦਾ ਵੀਜ਼ੇ ਲਵਾਉਂਦਾ ਹੈ ਵੀ ਤੇਰਾ ਪੁੱਤ ਕਨੇਡਾ ਜਾ ਵੜੂ ਉਹ ਮਸਤ ਫਕੀਰ ਨਾ ਮੁੰਡੇ ਕੁੜੀਆਂ ਵੰਡਦਾ ਹੈ ਵੀ ਆਹ ਲਾ ਚੱਕ ਤੇ ਮੁੰਡਾ ਹੋ ਜੂ ਉਹ ਮਸਤ ਫਕੀਰ ਨਾ ਕਿਸੇ ਦਾ ਬਿਜ਼ਨਸ ਚਲਾਉਂਦਾ ਹੈ ਵੀ ਆਹ ਲਾ ਚੱਕ ਕਰੋੜਾਪਤੀ ਨਹੀਂ ਉਹਦੇ ਕੋਲ ਇੱਕੋ ਹੀ ਗੱਲ ਹੈ ਉਹਦੇ ਕੋਲ ਸ਼੍ਰੀ ਗੰਗਾਨਗਰ ਵਾਲਿਓ ਆਪਦੇ ਭਰਾ ਦੀ ਇੱਕ ਗੱਲ ਸੁਣ ਲਿਓ ਕੱਲੇ ਘਰ ਪਾਉਣ ਨਹੀਂ ਆਏ ਕੱਲੀਆਂ ਕਾਰਾਂ ਖਰੀਦਣ ਨਹੀਂ ਆਏ ਕੱਲੇ ਸ਼ਾਪਿੰਗਾਂ ਕਰਨ ਨਹੀਂ ਆਏ ਕੱਲੇ ਅੰਨ ਪਾੜਨ ਨਹੀਂ ਆਏ ਕੱਲੇ ਆਪਦੀਆਂ ਹਸਤੀਆਂ ਬਣਾਉਣ ਨਹੀਂ ਆਏ ਕਿਆ ਖੜਾ ਤੁਹਾਡੇ ਸਾਹਮਣੇ ਕਮਰ ਗਰੇਵਾਲ ਇਹ ਕੌਣ ਹੈ ਇਹਦੀ ਔਕਾਤ ਕੀ ਹੈ ਇੱਕ ਸਾਹ ਔਕਾਤ ਹੈ ਇਸ ਗਵਈਏ ਦੀ ਸਮਝੀ ਜੋ ਮਰਜ਼ੀ ਜਾਵੇ ਸੋ ਇਸ ਕਰਕੇ ਆ ਤੂੜੀ ਦੀਆਂ ਪੰਡਾਂ ਨਹੀਂ ਇਕੱਠੀਆਂ ਕਰਨਾ ਏ ਉਹ ਮਸਤ ਫਕੀਰ ਗੱਲ ਕਹਿੰਦਾ ਠੋਕ ਕੇ ਆਹ ਕਰ ਲੈ ਰੰਗ ਚੜ ਜਾਣਗੇ ਕੀ ਕਹਿੰਦਾ ਬਾਬਾ ਤੇ ਬਾਬਾ ਅੱਗੋਂ ਕਹਿੰਦਾ ਉੱਠ ਕੇ ਬੰਦਿਆ ਨਾਮ ਧਿਆ ਲੈ 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 ਨਾਲ ਗੁਰੂ ਦੇ ਪ੍ਰੀਤਾ ਪਾ ਲੈ ਨਾਲ ਗੁਰੂ ਦੇ ਪ੍ਰੀਤਾ ਪਾ ਲੈ ਉੱਠ ਕੇ ਬੰਦਿਆ ਨਾਮ ਧਿਆ ਲੈ ਨਾਲ ਗੁਰੂ ਦੇ ਪ੍ਰੀਤਾ ਪਾ ਲੈ ਗੁਰੂ ਘਰ ਦਾ ਸਪੀਕਰ ਬੋਲੇ ਗੁਰੂ ਘਰ ਦਾ ਸਪੀਕਰ ਬੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ
राजे कोलों बिछड़ी वरानी राजे कोलों बिछड़ी वरानी राजे कोलों बिछड़ी वरानी राजे कोलों बिछड़ी वरानी तैयो उलझी पैया वतानी तैयो उलझी पैया तानी राजे कोलों बिछड़ी वरानी तैयो उलझी पैया वतानी पढ़ के देख कदे गुरबानी ਪੜ ਕੇ ਵੇਖ ਕਦੇ ਬਾਬੇ ਦੀ ਬਾਣੀ ਪੜ ਕੇ ਵੇਖ ਕਦੇ ਗੁਰਬਾਣੀ ਪੜ ਕੇ ਵੇਖ ਵੇ ਪਤਾ ਨਹੀਂ ਉਹ ਕੌਣ ਲੋਕ ਨੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਕੱਲੇ ਸਿੱਖ ਭਾਈਚਾਰੇ ਨਾਲ ਜੋੜ ਕੇ ਇਹਦਾ ਪ੍ਰਚਾਰ ਕਰ ਰਹੇ ਨੇ ਪਤਾ ਨਹੀਂ ਉਹ ਕੌਣ ਨੇ ਉਹ ਕੌਣ ਨੇ ਜਿਹੜੇ ਦੱਸਦੇ ਫਿਰਦੇ ਆ ਇਹਦੇ 'ਚ ਬ੍ਰਾਹਮਣਾਂ ਦੀ ਬਾਣੀ ਹੈ ਉਹ ਕੌਣ ਨੇ ਜਿਹੜੇ ਕਹਿੰਦੇ ਫਿਰਦੇ ਆ ਇਹਦੇ 'ਚ ਬਾਬੇ ਸ਼ੇਖ ਫਰੀਦ ਦੀ ਬਾਣੀ ਹੈ ਆਹ ਮੇਰੇ ਮੁਸਲਮਾਨ ਭਾਈ ਨਮਾਜ਼ ਅਦਾ ਕਰਕੇ ਆ ਜਾ ਨਮਾਜ਼ ਅਦਾ ਕਰਕੇ ਆ ਜਾ ਫਿਰ ਬਾਬੇ ਫਰੀਦ ਦੀ ਬਾਣੀ ਪੜ੍ਹਦੇ ਹਾਂ ਉਹ ਕੌਣ ਨੇ ਉਹ ਲੋਕ ਉਹ ਕੌਣ ਨੇ ਉਹ ਲੋਕ ਜਿਹੜੇ ਮੇਰੇ ਕਿਸੇ ਹਿੰਦੂ ਭੈਣ ਭਰਾ ਨੂੰ ਕਹਿੰਦੇ ਆ ਮੰਦਰ ਜਾਇਆ ਨਤਮਸਤਕ ਹੋਇਆ ਆ ਜੀ ਬਹਿ ਕੇ ਬ੍ਰਾਹਮਣਾਂ ਦੀ ਬਾਣੀ ਪੜਾਂਗੇ ਕਿਉਂਕਿ ਇਹ ਆਪਣੇ ਗੁਰੂਆਂ ਦੀ ਬਾਣੀ ਹੈ ਉਹ ਕੌਣ ਨੇ ਉਹ ਲੋਕ ਇਸ ਕਰਕੇ ਸ਼ੇਰ ਬਣ ਕੇ ਜਿਉਣ ਦਾ ਟਾਈਮ ਹੈ ਬਾਜ ਬਣ ਕੇ ਜਿਉਣ ਦਾ ਟਾਈਮ ਹੈ ਸੋਚਾਂ ਸਮਝਾਂ ਤੋਂ ਪਾਰ ਇਸ਼ਕ ਚ ਭਿੱਜ ਕੇ ਜਿਉਣ ਦਾ ਟਾਈਮ ਹੈ ਪਿਆਰ ਮੁਹੱਬਤ ਚ ਜਿਉਣ ਦਾ ਟਾਈਮ ਹੈ ਪੜ ਕੇ ਵੇਖ ਕਦੇ ਗੁਰਬਾਣੀ ਪੜ ਕੇ ਵੇਖ ਕਦੇ ਗੁਰਬਾਣੀ ਮਨੂਆ ਕਦੇ ਨਾ ਡੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ ਦੀ ਤੁਹਾਨੂੰ ਲੱਗਦਾ ਹੈ ਇਸ ਗੀਤ 'ਤੇ ਨੱਚਿਆ ਨਹੀਂ ਜਾ ਸਕਦਾ ਨੱਚਣ ਵਾਲੇ ਨੱਚ ਰਹੇ ਆ ਇਹਨੂੰ ਭਾਵੇਂ ਹੁਣ ਐ ਨੱਚ ਲਾ ਤੇ ਭਾਵੇਂ ਆ ਮੁੰਡਿਆਂ ਨੂੰ ਐ ਜੇ ਨੱਚ ਲਾ ਹੈ ਨੱਚ ਲਾ ਆ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ ਬੰਦਿਆ ਕਰਮ ਕਮਾਉਣਾ ਸਿੱਖ ਲੈ 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 ਰਜ਼ਾਇਓ ਦੀ ਵਿੱਚ ਜਿਉਣਾ ਸਿੱਖ ਲੈ ਰਜ਼ਾਇਓ ਦੀ ਵਿੱਚ ਜਿਉਣਾ ਸਿੱਖ ਲੈ ਬੰਦਿਆ ਕਰਮ ਕਮਾਉਣਾ ਸਿੱਖ ਲੈ ਰਜ਼ਾਇਓ ਦੀ ਵਿੱਚ ਜਿਉਣਾ ਸਿੱਖ ਲੈ ਵਾਹਿਗੁਰੂ ਗਾਉਣਾ ਰਾਧੇ ਰਾਧੇ ਗਾਉਣਾ ਅੱਲਾ ਅੱਲਾ ਗਾਉਣਾ ਸਿੱਖ ਲੈ ਠੰਡੇ ਦਿੰਦਾ ਝੋਲੇ ਵੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਵੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ 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 ਤੱਕੜੀ ਨਾਨਕ ਦੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ ਤੱਕੜੀ
ਮੱਥਣ ਲੈ ਪੜ ਕੇ ਵੇਖ ਇਹੋ ਜਿਹੇ ਮਸਤ ਫਕੀਰ ਕੋਲ ਹੈ ਕੋਈ 5-7 ਕਲਾਸਾਂ ਲਾ ਕੇ ਵੇਖ ਜੇ ਰੰਗ ਨਾ ਚੜ੍ਹੇ ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਨੀ ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਨਾ ਜਾਈ ਮਸਤਾਂ ਦੇ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਬੜੀ ਮਿਹਰਬਾਨੀ ਯਾਰ ਟਿਕਟਾਂ ਦੋ ਲਾ ਲਈ ਵੀ ਗਾਵਾਂਗੇ ਲੈ ਦੇ ਦਿਓ ਬੁਲਾ ਲਓ ਬੁਲਾ ਲਓ ਆਪਾਂ ਟਿਕਟਾਂ ਦੋ ਲਾ ਲਈਆਂ ਰੁੱਕ ਕੇ ਗਾਵਾਂਗੇ ਵੱਡੇ ਬਾਈ ਛੱਲਾ ਗਾ ਲਈਏ ਜੀ ਛੱਲਾ ਇਹ ਛੱਲਾ ਨੌ ਨੌ ਖੇਵੇ ਪੁੱਤਰ ਮਿੱਠੜੇ ਮੇਵੇ ਮੰਨਿਆ ਰੱਬ ਸਭ ਨੂੰ ਦੇਵੇ ਪਰ ਸਮਾਂ ਕਹਿੰਦਾ ਵੀ ਧੀਆਂ ਪਹਿਲਾਂ ਦੇਵੇ ਇਹ ਸਾਡੀਆਂ ਭੈਣਾਂ ਇਹ ਸਭ ਨੂੰ ਦੇਵੇ ਕੁੜੀਆਂ ਹਰ ਘਰ ਨੂੰ ਦੇਵੇ ਵੇ ਗੱਲ ਸੁਣ ਛੱਲਿਆ ਕਾਵਾਂ ਮਾਵਾਂ ਠੰਡੀਆਂ ਛਾਵਾਂ ਆ ਜਾਓ ਦੀਵਾਨ ਗੀਤ ਗਾਉਣੇ ਆ ਝੂਮ ਝੂਮ ਕੇ ਗਾਉਣੇ ਆ ਲੋਕ ਗੀਤ ਛੱਲਾ ਛੱਲਾ ਥੈਂਕ ਯੂ ਬ੍ਰਦਰ ਇੱਧਰ ਆ ਜਾ ਇੱਥੇ ਮੇਰੀ ਫੋਟੋ ਖਿੱਚ ਕੇ ਨਹੀਂ ਬਣਾ ਕੇ ਲਿਆ ਭਰਾ ਰੰਗਾਂ ਨਾਲ ਬਣਾਈ ਹੈ ਹਾਂ ਭਰਾਵਾ ਪਿਆਰ ਹੀ ਹੈ ਸੱਚੀ ਪਿਆਰ ਹੈ ਇਹ ਪਿਆਰ ਹੈ ਬੜੀ ਮਿਹਰਬਾਨੀ ਸੱਜਣੋ ਜਿਹੜੇ ਭਰਾ ਬਣਾ ਕੇ ਲਿਆਏ ਹੋ ਆ ਜਾਓ ਛੱਲਾ ਡੇਢ ਰੱਖ ਲਾ ਹਾਂ ਡੇਢ ਰੱਖ ਲਾ ਆ ਜਾਓ ਛੱਲਾ ਗਾਉਣੇ ਬਾਬਿਓ ਇਹ ਡੇਢ ਆ ਓਕੇ ਵੇ ਸੱਜਣਾ ਵੇ ਮਹਿਰਮਾ ਵੇ ਡੋਲਣਾ ਇਹ ਛੱਲਾ ਨੌ ਨੌ ਖੇਵੇ ਤੇ ਪੁੱਤਰ ਮਿੱਠੜੇ ਮੇਵੇ ਮਾਲਕ ਸਭ ਨੂੰ ਦੇਵੇ ਪਰ ਧੀਆਂ ਪਹਿਲੋਂ ਇਹ ਧੀਆਂ ਸਭ ਨੂੰ ਇਹ ਕਰਮ ਵਾਲੀਆਂ ਸਭ ਨੂੰ ਦੇਵੇ ਇਹ ਭੈਣਾਂ ਸਭ ਨੂੰ ਦੇਵੇ ਓਏ ਭੈਣਾਂ ਸਭ ਨੂੰ ਦੇਵੇ ਤੇ ਗੱਲ ਸੁਣ ਛੱਲਿਆ ਵੇ ਕਾਵਾਂ ਤੇ ਮਾਵਾਂ ਠੰਡੀਆਂ ਓਏ ਛਾਵਾਂ ਯਾਰ ਉਸ ਤੋਂ ਪਹਿਲਾਂ ਇਹ ਗੀਤ ਸੀ ਪਤਾ ਮੈਥੋਂ ਕੀ ਗਲਤੀ ਹੋ ਗਈ ਲੈ ਸੂਝਵਾਨੋ ਸੁਣਿਓ ਬਾਬਿਓ ਉਹ ਪਤਾ ਮੈਥੋਂ ਕੀ ਗਲਤੀ ਹੋ ਗਈ ਉਹ ਲੈ ਭਾਈ ਤੂੰ ਵੀ ਸੁਣ ਅਣਜਾਣਾ
ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ 100 ਵੀ ਜੋੜਿਆ ਮੈਂ 100 ਵੀ ਜੋੜਿਆ ਮੈਂ 100 ਵੀ ਜੋੜਿਆ 100 ਵੀ ਜੋੜਿਆ ਜੋੜ ਤੇ ਕਈ ਕਰੋੜ ਲਏ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਤੋੜ ਲਏ ਯਾਤਰਾ ਦੇਖੋ ਬੰਦੇ ਦੀ ਕਮਾਉਂਦਾ ਹੈ ਮੇਰੇ ਵਰਗਾ ਸਾਰੀ ਉਮਰ ਕਮਾਉਂਦਾ ਹੈ ਮਰ ਮਰ ਕੇ ਕਮਾਉਂਦਾ ਹੈ ਪਰ ਘਟਨਾ ਦੇਖੋ ਕੀ ਘਟ ਰਹੀ ਹੈ ਮੈਂ 100 ਵੀ ਜੋੜਿਆ ਮੈਂ 100 ਵੀ ਜੋੜਿਆ ਜੋੜ ਤੇ ਕਈ ਕਰੋੜ ਲਏ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਤੋੜ ਲਏ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਉਹਨੇ ਜੋ ਦੇਣਾ ਉਹੀ ਉਹ ਖਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਆ ਗਈ ਚਿੱਠੀ ਆਖਰੀ ਬੋਲਾ ਪਿੰਡ ਵਾਲਿਓ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਆ ਗਈ ਚਿੱਠੀ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਮੈਨੂੰ ਲੱਗ ਰਿਹਾ ਕਿ ਆਪ ਇਨਕੋ ਟ੍ਰਾਂਸਲੇਟ ਕਰ ਰਹੇ ਹੈ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਜਿਹੜਾ ਲਾਸਟ ਟਾਈਮ ਨਹੀਂ ਹੁੰਦਾ ਜਦੋਂ ਕਹਿੰਦੇ ਚੱਕ ਲਓ ਰਾਮ ਨਾਮ ਸੱਤ ਹੈ ਜੀ ਸੱਤ ਹੈ ਰਾਮ ਨਾਮ ਆ ਗਈ ਚਿੱਠੀ ਆਵਾਜ਼ ਪੈ ਗਈ ਤੇ ਮੈਂ ਰੋ ਰੋ ਕਰੀ ਤਿਆਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਓਏ ਉਹਨੇ ਪਰੇ ਵਗਾ ਕੇ ਮਾਰੀ ਇੱਥੇ ਬਣਦੀ ਹੈ ਭਾ ਦੀ ਹਾਏ ਮੇਰਾ ਘਰ ਹਾਏ ਮੇਰਾ ਫਲਾਨਾ ਹਾਏ ਮੇਰਾ ਸੋਨੂ ਹਾਏ ਮੇਰਾ ਨੋਨੂ ਹਾਏ ਮੇਰਾ ਮੋਨੂ ਨਾਲ ਨਹੀਂ ਜਾਣਾ ਆ ਗਈ ਚਿੱਠੀ ਆਵਾਜ਼ ਪੈ ਗਈ ਤੇ ਮੈਂ ਰੋ ਛੜੇ ਹੱਸਦੇ ਆ ਪਿੱਛੇ ਬੈਠੇ ਜਾਣਾ ਤੁਹਾਡੇ ਵਾਲਾ ਡਿਪਾਰਟਮੈਂਟ ਵੀ ਨਹੀਂ ਨਾਲ ਜਿੱਥੇ ਤੁਸੀਂ ਖੇਡਦੇ ਫਿਰਦੇ ਹੋ ਨਾ ਜਾਣਾ ਤੁਹਾਡੇ ਵਾਲਾ ਵੀ ਨਹੀਂ ਆ ਗਈ ਚਿੱਠੀ ਆਵਾਜ਼ ਪੈ ਗਈ ਯੂ ਅੰਡਰਸਟੈਂਡ ਨਾ ਅੰਡਰਸਟੈਂਡ ਅੰਡਰਸਟੈਂਡ ਆ ਗਈ ਚਿੱਠੀ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਮੰਨੀ ਗੱਠੜੀ ਮੈਂ ਚੁੱਕਣ ਲੱਗਾ ਵਾ ਹੁਣੇ ਪਰੇ ਵਗਾ ਕੇ ਮਾਰੀ ਹੁਣ ਜਿਹੜੀ ਗੱਠੜੀ ਵਗਾ ਕੇ ਮਾਰੀ ਹੈ ਜਿਹੜੀ ਉਸ ਦਰਗਾਹ 'ਚ ਨਹੀਂ ਜਾਣੀ ਉਹਦੇ 'ਚ ਸਮਾਨ ਪ੍ਰੋਪਰਟੀ ਚੈੱਕ ਕਰਿਓ ਜਿਹੜਾ ਇੱਥੇ ਹੀ ਰਹਿਣਾ ਮਰਨ ਤੋਂ ਬਾਅਦ ਉਹਦੇ 'ਚ ਸਮਾਨ ਹੈ ਜੀ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਰਹਿ ਗਿਆ ਬਹੁਤ ਵੱਡਾ ਘਰ ਬਾਰ ਸੀ ਮੇਰਾ ਰਹਿ ਗਿਆ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਘਰ ਬਾਰ ਸੀ ਮੇਰਾ ਉਹ ਇਕੱਲਾ ਇਕੱਲਾ ਯਾਰ ਸੀ ਮੇਰਾ ਤੇ ਸੱਚ ਜਾਣਿਓ ਇਹ ਸੰਸਾਰ ਸੀ ਮੇਰਾ ਉਹ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਉਹ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ ਉਹ ਮੈਨੂੰ ਇੰਨਾ ਹੀ ਲਾਂਬੂ ਲਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਜਿਹੜਾ ਤੇਰਾ ਨਾਲ ਨਹੀਂ ਜਾਣਾ ਜਿਹੜਾ ਮੇਰਾ ਨਾਲ ਨਹੀਂ ਜਾਣਾ ਜਿਹੜਾ ਕਿਸੇ ਦੇ ਵੀ ਨਾਲ ਨਹੀਂ ਜਾਣਾ ਤੇ ਨਾਲ ਜਾਊਗੀ
نار جاؤگی ایک نام دی گرو دے نام دی حری دے نام دی کمائی بداؤ بابیو بداؤ سیمپلر دا لو کٹو بابیو سیمپلر کا لو کٹو تھوڑا شارپ کیجئے اس کو آجو چھلا بابیو کرمالو
ਅਨਹਦ ਨਾਦ ਸੁਣਦੇ ਆ ਫਕੀਰ ਨੂੰ ਅਨਹਦ ਨਾਦ ਨਹੀਂ ਪੈਣੇ ਇਹ ਬਾਹਰਲੀ ਫੋਟੋ ਸਟੇਟ ਹੈ ਬਾਹਰਲੇ ਨਾਦ ਹੈ ਇਹਦੇ ਵਰਗੇ ਅੰਦਰ ਵੱਜਦੇ ਆ ਸੋ ਟਿੰਗ ਲਿੰਗ ਦਾ ਹੀ ਰੌਲਾ ਗੰਗਾ ਨਗਰ ਵਾਲਿਓ ਟਿੰਗ ਲਿੰਗ ਧੱਕ 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 ਕੋਈ ਐਸਾ ਵੀ ਕੋਈ ਐਸਾ ਵੀ ਸਕੂਲ ਹੋਵੇ ਕੋਈ ਐਸਾ ਵੀ ਸਕੂਲ ਹੋਵੇ ਸੱਜਣਾ ਨੂੰ ਯਾਦ ਕਰੀਏ ਤੇ ਸਾਡੀ ਹਾਜ਼ਰੀ ਕਬੂਲ ਹੋਵੇ ਸਾਡੀ ਹਾਜ਼ਰੀ ਕਬੂਲ ਹੋਵੇ ਪੰਚ ਬਣਾਓ ਸਾਡੀ ਹਾਜ਼ਰੀ ਕਬੂਲ ਹੋਵੇ ਸਾਡੀ ਹਾਜ਼ਰੀ ਕਬੂਲ ਹੋਵੇ ਸਾਡੀ ਹਾਜ਼ਰੀ ਕਬੂਲ ਹੋਵੇ ਸਾਡੀ ਹਾਜ਼ਰੀ ਕਬੂਲ ਹੋਵੇ ਇੱਕ ਵਾਰੀ ਫਿਰ ਪੜ੍ਹਦੇ ਹਾਂ ਕੋਈ ਐਸਾ ਵੀ ਕੋਈ ਐਸਾ ਵੀ ਸਕੂਲ ਹੋਵੇ ਕੋਈ ਐਸਾ ਵੀ ਸਕੂਲ ਹੋਵੇ ਸੱਜਣਾ ਨੂੰ ਯਾਦ ਕਰੀਏ ਤੇ ਸਾਡੀ ਹਾਜ਼ਰੀ ਕਬੂਲ ਹੋਵੇ 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 ਇਹਨਾਂ ਦੇ ਧੀਆਂ ਆਜਾ ਪੁੱਤ ਜਿਹੜੀ ਗੱਲ ਆਪਾਂ ਕਹੀ ਸੀ ਨਾ ਵੀ ਧੀਆਂ ਦੀ ਲੋਹੜੀ ਉਹੀ ਗੀਤ ਹੁਣ ਹੁਣ ਗਾਉਣੇ ਆ ਕਰਮਾਂ ਵਾਲੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਕਰੀ ਅੱਜ ਆਪਾਂ ਜਿਸ ਮਕਸਦ ਲਈ ਆਏ ਹਾਂ ਮੈਂ ਚਾਹੁੰਦਾ ਸਾਰੇ ਇਕੱਲਾ ਇਕੱਲਾ ਹੱਥ ਤਾੜੀ ਮਾਰੋ ਨਾਲ ਨਾਲ ਇਹਨਾਂ ਧੀਆਂ ਨੂੰ ਅਸੀਸਾਂ ਨੇ ਇਹਨਾਂ ਧੀਆਂ ਲਈ ਪਿਆਰ ਆ ਇਹ ਤਾੜੀ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਜਿਸ ਘਰ ਵਿੱਚ ਧੀਆ ਜਾਵੇ ਬਰਕਤ ਆ ਜਾਂਦੀ ਹੈ ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਆ ਇਹ ਕਿਸੇ ਕੋਲੋਂ ਕੁਛ ਨਹੀਂ ਮੰਗਦੀ ਉਹ ਭਾਗਾਂ ਦਾ ਖਾਂਦੀ ਆ ਇਹ ਕਿਸੇ ਕੋਲੋਂ ਕੁਛ ਨਹੀਂ ਮੰਗਦੀ ਉਹ ਭਾਗਾਂ ਦਾ ਖਾਂਦੀ ਆ ਵੀਰ ਦੇ ਵਿਆਹ ਤੇ ਵੀਰ ਦੇ ਵਿਆਹ ਤੇ ਨੱਚਦੀ ਤੇ ਗਾਉਂਦੀ ਸ਼ਗਨਾਂ ਦੀ ਘੋੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋਹੜੀ ਵੇ ਕਰਮਾਂ ਵਾਲੇ ਨੱਚੇ ਸੋਹਣਿਆ ਨੱਚੇ ਸੋਹਣਿਆ ਵੇ ਨੱਚੇ ਸੋਹਣਿਆ ਤੂੰ ਬੰਨ ਬੰਨ ਗੇੜੇ ਨੱਚੇ ਸੋਹਣਿਆ ਤੂੰ ਬੰਨ ਬੰਨ ਗੇੜੇ ਨਿਕਦਾ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ
आशका दे वेड़े हो किता तेरे इश्के दा अती राती पैदा आशका दे वेड़े हो किता तेरे इश्के दा अती राती पैदा आशका दे वेड़े हो किता तेरे इश्के दा इस बेटी नु वेख के ना माया तो परे है हजे आज चीज़ा प्रभावित नहीं करती हैं जो के बात सोनी कर रहा है इस हादसे ने देख के किसी ने बड़ा खूब लिखे है की लिखे है ऐहो जो फकीरा बारे पच्ची फिर दी पच्ची फिर दी फकीरा पिछे माया भज्जी फिरदी फकीरा पिछे माया फकीर भज्जे ओ रब दे पिछे फकीर भज्जे ओ रब दे पिछे भज्जी फिरदी फकीरा पिछे माया हाय भज्जी फिरदी फकीरा पिछे माया ते फकीर भज्जे ओ रब दे पिछे फकीर भज्जे ओ रब दे पिछे फकीर बच्चे वे रब दे पिछे तेरा भेद ना तेरा भेद ना तेरा भेद ना किसे ने पाया अरे तेरा भेद ना किसे ने पाया ते फकीर बच्चे रब दे पिछे फकीर बच्चे वे रब दे पिछे फकीर बच्चे और रब दे पिछे और फकीर बच्चे और रब दे पिछे पच्ची फिरदी फकीरा पिछे माया हाय पच्ची फिरदी फकीरा पिछे माया ते फकीर बच्चे रब दे पिछे और फकीर बच्चे और रब दे पिछे फकीर बच्चे और रब दे पिछे फकीर भज्जे वे रब दे पिछे फकीर भज्जे वे रब दे पिछे नचे सोनिया नचे सोनिया नचे सोनिया तू बन बन गेड़े नचे सोनिया तू बन बन गेड़े ओ गिद्दा तेरे इश्क दा अती राती पैंदा आशका दे वेड़े ओ गिद्दा तेरे इश्क दा अती राती पैंदा आशका दे वेड़े ओ गिद्दा तेरे इश्क दा अती राती पैंदा आशका दे वेड़े ਤੋਂ ਸੰਗੀ ਜਾਂਦਾ ਹੈ ਕਾਤੋਂ ਸੰਗੀ ਜਾਂਦਾ ਆ ਜਾ ਮੇਰੇ ਨੇੜੇ ਕਾਤੋਂ ਸੰਗੀ ਜਾਂਦਾ ਓਏ ਆ ਜਾ ਮੇਰੇ ਨੇੜੇ ਓ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਹੋ ਕਿੱਦਾਂ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਹੋ ਕਿੱਦਾਂ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਹੋ ਕਿੱਦਾਂ ਤੇਰੇ ਇਸ਼ਕੇ ਦਾ ਇਹਨਾਂ ਨੂੰ ਰੱਖ ਲੈ ਇਹਨਾਂ ਨੂੰ ਰੱਖ ਲੈ ਇਹ ਕੰਮ ਆਉਣਗੇ ਤੇਰੇ ਉਹਨਾਂ ਨੂੰ ਰੱਖ ਲੈ ਉਹਨਾਂ ਨੂੰ ਕਦਰ ਹੈ ਨੀ ਉਹਨਾਂ ਨੂੰ ਕਦਰ ਹੈ ਨੀ ਜਿਨ੍ਹਾਂ ਕੋਲੇ ਆ ਗਏ ਬਥੇਰੇ ਇਹਨਾਂ ਨੂੰ ਰੱਖ ਲੈ ਇਹ ਕੰਮ ਆਉਣਗੇ ਵੇ ਤੇਰੇ
وقتا تیرے عشق دا اتی راتی پیندا عاشق دے ویڑے وقتا تیرے عشق دا اتی راتی پیندا عاشق دے ویڑے وقتا تیرے عشق دا اتی راتی پیندا عاشق دے ویڑے وقتا تیرے عشق دا جی ایک بات کر رہے ہیں ایک پختہ محول دی بولی ہے وہ بولی بڑی پرانی بولی ہے کی کہندی ہے کر کے مدینے وال منہ کر کے مدینے وال منہ میں مینوں کعبہ دسنا ہے تو ہائے وے کر کے مدینے وال منہ مینوں بابو آ جاؤ ہائے وے کر کے مدینے وال جھنگ چک چک جھنگ چک چک جھنگ چک چک جھنگ چک چک ہائے وے کر کے مدینے وال منہ مینوں کعبہ دسنا ہے تو ہائے وے کر کے مدینے وال منہ وے مینوں کعبہ دسنا ہے تو اے کلمہ پڑھایا مینوں تو کلمہ پڑھایا مینوں تو وے ساری رات کتیا کروں کتیا کروں میں تیری روح وے ساری رات کتیا کروں کتیا کروں میں تیری روح ساری رات کتیا کروں کتیا کروں میں تیری روح ساری رات کتیا کروں کتیا کروں میں تیری روح ساری رات کتیا کروں کتیا کروں میں تیری روح جدوں آجو بڑے بھائی پلیز آجو میرے بھرا آجو پلیز اگے آجو بھائی اگے آجو سجنو آجو باپو او جدوں پھڑیا میرا ہاتھ تو جدوں پھڑیا میرا ہاتھ تو میں تے ہو گئی میں تو وے جدوں پھڑیا میرا ہاتھ تو وے تو میں تے ہو گئی میں تو اے کلمہ پڑھایا مینوں تو کلمہ پڑھایا مینوں تو میں ساری رات کتیا کروں میں تیری روح میں ساری رات کتیا کروں کتیا کروں میں تیری روح ساری رات کتیا کروں میں تیری روح میں ساری رات کتیا کروں کتیا کروں میں تیری روح میں ساری رات کتیا کروں کتیا کروں میں تیری روح ساری رات کتیا کروں کتیا کروں میں تیری روح لو بھی سجنوں پیارےو اینیاں حاضریاں کرےو قبول سب ادیباں دا میرے بھراواں دا بڑی مہربانی جی بڑی مہربانی سب بھائی چاریاں دا بہت بہت آدر ستکار ایک بار پھر میریاں ماواں دا میریاں بھیناں دا ساڈے بزرگاں دا میرے بھراواں دا چھوٹے بچیاں دا پولیس آفیسر صاحباناں دا سارے ساڈے پریس والے بھن بھرا سب دا بھائی گرلال ہوراں دا سب سجن ساڈے پالیٹیشن پرشاسن تو ہو جی پلیز تھینک یو سو تہاڈا سارا دا بہت بہت دھنواد بہت بہت دھنواد تہاڈا ਸਿੱਧੀਆਂ ਤਾਰਾਂ ਪਾ ਦੇਣਗੇ ਉਹਦੇ ਨਾਲ ਗੱਲ ਕਰਵਾ ਦੇਣਗੇ ਸਿੱਧੀਆਂ ਤਾਰਾਂ ਪਾ ਦੇਣਗੇ ਉਹਦੇ ਨਾਲ ਗੱਲ ਕਰਵਾ ਦੇਣਗੇ ਉਹਦੇ ਨਾਲ ਗੱਲ ਕਰਵਾ ਦੇਣਗੇ
ਉਹਦੇ ਨਾਲ ਗੱਲ ਕਰਵਾ ਦੇਣਗੇ ਤੂੰ ਵੇਖ ਲੈ ਪੀਰ ਮਨਾ ਕੇ ਨਿਵਾਜ ਫਕੀਰਾਂ ਦੀ ਸੁਣ ਲੈ ਕੁੜੇ ਚਿੱਤ ਲਾ ਕੇ ਨਿਵਾਜ ਫਕੀਰਾਂ ਦੀ ਸੁਣ ਲੈ ਕੁੜੇ ਚਿੱਤ ਲਾ ਕੇ ਨਿਵਾਜ ਨਿਵਾਜ ਸੁਣ ਲੈ ਕੁੜੇ ਚਿੱਤ ਲਾ ਕੇ ਨਿਵਾਜ ਨਿਵਾਜ ਸੁਣ ਲੈ ਕੁੜੇ ਚਿੱਤ ਲਾ ਕੇ ਨਿਵਾਜ ਸੁਣ ਲੈ ਕੁੜੇ ਚਿੱਤ ਲਾ ਕੇ ਨਿਵਾਜ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਦਰਬਾਰ ਇਹ ਮੇਰਾ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਦਰਬਾਰ ਵੇ ਸਾਈਆਂ ਵਸਦਾ ਰਵੇ ਦਰਬਾਰ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਦਰਬਾਰ ਸੁਖੀ ਰਵੇ ਪਰਿਵਾਰ ਵੇ ਸਾਈਆਂ ਸੁਖੀ ਰਵੇ ਪਰਿਵਾਰ ਸੁਖੀ ਰਵੇ ਪਰਿਵਾਰ ਵੇ ਸਾਈਆਂ ਸੁਖੀ ਵਸੇ ਪਰਿਵਾਰ ਸੁਖੀ ਰਵੇ ਪਰਿਵਾਰ ਵੇ ਸਾਈਆਂ ਸੁਖੀ ਰਵੇ ਪਰਿਵਾਰ ਕੀ ਹਿੰਦੂ ਕੀ ਸਰਦਾਰ ਵੇ ਸਾਈਆਂ ਕੀ ਹਿੰਦੂ ਕੀ ਸਰਦਾਰ ਕੀ ਹਿੰਦੂ ਕੀ ਸਰਦਾਰ ਵੇ ਸਾਈਆਂ ਹਿੰਦੂ ਕੀ ਸਰਦਾਰ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਦਰਬਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਦਰਬਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਦਰਬਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਰਵੇ ਪਰਿਵਾਰ ਵੇ ਸਾਈਆਂ ਵਸਦਾ ਰਵੇ ਪਰਿਵਾਰ ਵਸਦਾ ਸੱਜਣੋ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਲਈ ਇੱਕ ਗੱਲ ਚੇਤੇ ਆਈ ਹੈ ਕਈ ਮਹੀਨਿਆਂ ਤੋਂ ਮੇਰੇ ਤੱਕ ਇਹ ਸੁਨੇਹੇ ਵੀ ਪਹੁੰਚ ਰਹੇ ਸੀ ਔਰ ਮੇਰਾ ਜੀ ਵੀ ਕਰਦਾ ਸੀ ਵੀ ਕਦੇ ਇਸ ਧਰਤੀ 'ਤੇ ਆਈਏ ਤਾਂ ਜ਼ਰੂਰ ਬੋਲੀਏ ਇੱਕ ਮੈਂ ਚੀਜ਼ ਜ਼ਰੂਰ ਕਹੂੰਗਾ ਸਾਰੀਆਂ ਭਾਸ਼ਾਵਾਂ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਇੱਕ ਇੱਥੇ ਸਾਡੇ ਇੱਕ ਸੰਸਥਾ ਹੈ ਉਹਦੇ 'ਚ ਮੈਂ ਜਾਣਦਾ ਸਾਡੇ ਪਰਮਜੀਤ ਭਾਅ ਜੀ ਨੇ ਇੱਕ ਲਰਨ ਪੰਜਾਬੀ ਐਪ ਉਸ ਐਪ ਦੇ ਉੱਪਰ ਜਾ ਕੇ ਆਪਾਂ ਪੰਜਾਬੀ ਸਿੱਖਦੇ ਹਾਂ ਸਾਰੇ ਉਹ ਤੁਸੀਂ ਹਿੰਦੀ ਤੋਂ ਵੀ ਸਿੱਖ ਸਕਦੇ ਹੋ ਅੰਗਰੇਜ਼ੀ ਤੋਂ ਵੀ ਸਿੱਖ ਸਕਦੇ ਹੋ ਉਹਨਾਂ ਨੇ ਇਸ ਤਰੀਕੇ ਦਾ ਸਾਰਾ ਫਾਰਮੈਟ ਸੈੱਟ ਕੀਤਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਸਾਰੀਆਂ ਭਾਸ਼ਾਵਾਂ ਸਿਖਾਓ ਪਰ ਜਿਹੜੀ ਇਹ ਇੱਕ ਐਪ ਹੈ ਲਰਨ ਪੰਜਾਬੀ ਐਪ ਇਹਨਾਂ ਭਰਾਵਾਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਜਿਹੜੇ ਆਪਣੀ ਵਿਰਾਸਤ ਨੂੰ ਆਪਣੀ ਬੋਲੀ ਨੂੰ ਆਪਣੀ ਮਾਂ ਨੂੰ ਇੰਨਾ ਇੱਜ਼ਤ ਮਾਣ ਸਤਿਕਾਰ ਦੇ ਰਹੇ ਹਨ ਸੋ ਇਹਨਾਂ ਭਰਾਵਾਂ ਨੂੰ ਸ਼ਾਬਾਸ਼ ਹੈ ਅਤੇ ਬਾਕੀ ਫਰਜ਼ ਤੁਹਾਡਾ ਬਣਦਾ ਸਾਰਿਆਂ ਦਾ ਕਿ ਭਾਸ਼ਾਵਾਂ ਸਾਰੀਆਂ ਸਿੱਖੋ ਸਾਰੀਆਂ ਹੀ ਆਪਣੀਆਂ ਨੇ ਪਰ ਜਿਹੜੀ ਭਾਸ਼ਾ ਆਪਦੀ ਮਾਂ ਤੋਂ ਸਿੱਖੀ ਹੈ ਪਹਿਲੋਂ ਕੁੱਖ 'ਚੋਂ ਜੰਮਦਿਆਂ ਨੇ ਸਿੱਖੀ ਹੈ ਉਹ ਭਾਸ਼ਾ ਕਹਿੰਦੇ ਤੁਹਾਡੇ ਦਿਲ ਦੇ ਬਹੁਤ ਨੇੜੇ ਹੁੰਦੀ ਹੈ ਅਤੇ ਪੰਜਾਬੀ ਬੋਲਣ ਵਾਲੇ ਪਰਿਵਾਰ ਜਿਹੜੇ ਹੈਗੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਐਪ ਦਾ ਵੱਧ ਤੋਂ ਵੱਧ ਲਾਹਾ ਲਓ ਜਿੰਨਾ ਫਾਇਦਾ ਹੋ ਸਕਦਾ ਆਪਣੇ ਬੱਚਿਆਂ ਨੂੰ ਆਪਣੇ ਆਂਢ ਗੁਆਂਢ ਨੂੰ ਆਪਣੇ ਪੂਰੇ ਭਾਈਚਾਰੇ ਨੂੰ ਸਿਖਾਓ ਭਾਈ ਬਹੁਤ ਬਹੁਤ ਆਦਰ ਸਤਿਕਾਰ ਜੀ ਇੱਕ ਮੈਂ ਘੋਸ਼ਣਾ ਕਰਾਂ ਸੁਣ ਲਓ ਇੱਕ ਮਿੰਟ ਧਿਆਨ ਨਾਲ ਸੁਣ ਲਓ ਅੱਜ ਇਹ ਧੀਆਂ ਦਾ ਪ੍ਰੋਗਰਾਮ ਹੈ ਇੱਕ ਗੱਲ ਧਿਆਨ ਨਾਲ ਸੁਣ ਲਓ ਵੀਰਿਓ ਅੱਜ ਧੀਆਂ ਦਾ ਪ੍ਰੋਗਰਾਮ ਹੈ ਅੱਜ ਗਰੇਵਾਲ ਸਾਹਿਬ ਮਨਿੰਦਰ ਸਿੰਘ ਮਾਨ ਵਿਜੇ ਜਿੰਦਲ ਜੀ ਅਸ਼ੋਕ ਚਾਂਡਕ ਜੀ ਸਾਰੇ ਖੜ੍ਹੇ ਆ ਧੀਆਂ ਵਾਸਤੇ ਘੋਸ਼ਣਾ ਕਰ ਰਹੇ ਹਾਂ ਲੋਟਰੀ ਕੱਢੀ ਆ ਆਈ ਐੱਸ ਦੀ ਆਰ ਐੱਸ ਦੀ ਪਰ ਅੱਜ ਅਸੀਂ ਇਹ ਗੱਲ ਦਾਅਵਾ ਕਰ ਰਹੇ ਹਾਂ ਕਿ ਜਿੰਨੀਆਂ ਕੁੜੀਆਂ ਨੇ ਭਰਿਆ ਸਾਰੀਆਂ ਦਾ ਸਿਲੈਕਸ਼ਨ ਹੋਇਆ ਜਿੰਨੀ ਕੁੜੀਆਂ ਦਾ ਇੱਕ ਵੀ ਕੁੜੀ ਨਹੀਂ ਰਹੂਗੀ
29 ਤਰੀਕ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਬੱਚੇ ਸਰਟੀਫਿਕੇਟ ਦਿੱਤੇ ਜਾਣਗੇ ਆਈਏਐਸ ਆਰਏਐਸ ਅਤੇ ਕੋਚਿੰਗ ਵਾਲੀ ਸਮੂਹ ਬੱਚੀਆਂ ਆਪਣਾ ਸਰਟੀਫਿਕੇਟ ਹੈ ਉਹ ਗੁਰਦੁਆਰਾ ਸਾਹਿਬ ਤੋਂ ਲੈ ਸਕਦੇ ਹੋ ਇੱਕ ਵਾਰ ਫਿਰ ਗੰਗਾਨਗਰ ਦੇ ਸਮੁੱਚੇ ਵਾਹ ਮੱਲੋ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਕਰਾਂਗਾ ਮਨਿੰਦਰ ਮਾਨ ਸਾਹਿਬ ਨੂੰ ਉਹ ਸੰਗਤਾਂ ਧੰਨਵਾਦ ਕਰਨਗੇ ਆਏ ਹੋਏ ਸਾਰੇ ਮੇਰੇ ਨੌਜਵਾਨ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਕੰਨਿਆ ਜਿੰਨੀਆਂ ਵੀ ਸਾਡੀਆਂ ਮਾਵਾਂ ਭੈਣਾਂ ਪਹੁੰਚੀਆਂ ਅਤੇ ਸਿਲੈਕਸ਼ਨ ਸਭ ਦਾ ਹੋ ਗਿਆ ਜਿੰਨੀਆਂ ਵੀ ਇੱਥੇ ਲਾਟਰੀਆਂ ਪਈਆਂ ਕੰਪੀਟੀਸ਼ਨ ਦੇ ਵਿੱਚ ਸਾਰਿਆਂ ਦਾ ਹੀ ਸਿਲੈਕਸ਼ਨ ਹੋ ਗਿਆ ਇੱਕ ਮਿੰਟ ਅਤੇ 50% ਆਬਾਦੀ ਸਾਡੀਆਂ ਮਾਵਾਂ ਭੈਣਾਂ ਦੀ ਹੈ ਅਤੇ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਵੀ ਉਹਨਾਂ ਨੂੰ ਸੀਟਾਂ ਵੀ 50% ਮਿਲ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਹੈ ਭਾਈ ਮਹਿਲਾ ਦਾ ਹਿੱਸਾ 50% ਬਣਦਾ ਉਹਨਾਂ ਨੂੰ ਹਿੱਸਾ ਵੀ ਪੂਰਾ ਦਿੱਤਾ ਜਾਵੇ ਅਤੇ ਇੱਕ ਹੋਰ ਅਪੀਲ ਹੈ ਮਰੂ ਪ੍ਰਦੇਸ਼ ਵਾਸਤੇ ਯਾਤਰਾ ਸ਼ੁਰੂ ਕੀਤੀ ਹੈ ਜਿਵੇਂ ਪੰਜਾਬੀ ਸੂਬੇ ਵਾਸਤੇ ਆਪਣੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸੀ ਗੰਗਾਨਗਰ ਦੇ ਲੋਕਾਂ ਨੇ ਅੱਗੇ ਵੱਧ ਕੇ ਲੜੇ ਸੀ ਇਸੇ ਤਰ੍ਹਾਂ ਮਰੂ ਪ੍ਰਦੇਸ਼ ਰਾਜਸਥਾਨ ਦੇ ਦੋ ਹਿੱਸੇ ਕਰਕੇ ਬੀਕਾਨੇਰ ਨੂੰ ਰਾਜਧਾਨੀ ਬਣਾਉਣ ਵਾਸਤੇ ਅਭਿਆਨ ਸ਼ੁਰੂ ਕੀਤਾ ਅਤੇ ਉਹਦੇ ਵਾਸਤੇ ਸਮਰਥਨ ਕਰੋ ਜੇ ਭਾਈ ਸਾਰੇ ਕਿਉਂਕਿ ਜਿੰਨੇ ਸੂਬੇ ਛੋਟੇ ਹੋਣਗੇ ਉਨੀ ਹੀ ਮਜ਼ਬੂਤੀ ਹੋਊਗੀ 29 ਤਰੀਕ ਨੂੰ ਭਾਈ ਸਾਹਿਬ ਨੂੰ ਸਰਟੀਫਿਕੇਟ ਮਿਲਣਗੇ 29 ਤਰੀਕ ਨੂੰ ਸਾਰੇ ਸਰਟੀਫਿਕੇਟ ਲੈਣ ਆ ਜਾਣ ਬਾਬਾ ਦੀਪ ਸਿੰਘ ਗੁਰਦੁਆਰੇ